ਗੁੱਡ ਈਵਨਿੰਗ एवरीवन ਤੇ ਇੱਕ ਇੰਪੋਰਟੈਂਟ ਅਨਾਉਂਸਮੈਂਟ ਹੈ ਜੀ ਸੈਂਸੀ 3704 ਜਿਹੜੀਆਂ ਪੋਸਟਾਂ ਨਿਕਲੀਆਂ ਸੀ ਉਹਦੇ ਰਿਗਾਰਡਿੰਗ ਐਜੂਕੇਸ਼ਨ ਇਕਵਿਪਮੈਂਟ ਬੋਰਡ ਨੇ ਈਟੀਟੀ ਵਾਲਾ ਕੰਮ ਕੀਤਾ ਹੈ ਜੀ ਈਟੀਟੀ ਦੇ ਵਿੱਚ ਵੀ ਉਹਨਾਂ ਨੇ ਇਹ ਕਿਹਾ ਸੀਗਾ ਕਿ ਤੁਹਾਡੀ ਜੇ ਕੈਟਾਗਰੀ ਗਲਤ ਭਰ ਗਈ ਤਾਂ ਉਹਨੂੰ ਜੀ ਹੁਣ ਤੁਸੀਂ ਚੇਂਜ ਕਰ ਲਓ ਐਵੇਂ ਹੀ ਇਹਦੇ ਚ ਕਹਤਾ ਉਹਨਾਂ ਨੇ 3704 ਪੋਸਟਾਂ 'ਚ ਵੀ ਜੇ ਤੁਹਾਡੀ ਕੈਟਾਗਰੀ ਗਲਤ ਤੁਹਾਡੇ ਕੋਲ ਭਰੀ ਗਈ ਹੈ ਤਾਂ 17 ਇੱਕ ਤੱਕ ਉਹਨੂੰ ਤੁਸੀਂ ਚੇਂਜ ਕਰ ਸਕਦੇ ਹੋ ਮੀ ਜ਼ੋਨਰ ਰਿਜ਼ਲਟ ਸਤਾਰਾ 1 ਤੋਂ ਬਾਅਦ ਹੀ ਆਣਾ ਹੈ ਜੀ ਤੁਹਾਡਾ ਉਸ ਤੋਂ ਪਹਿਲਾਂ ਰਿਜ਼ਲਟ ਨਹੀਂ ਕੱਢਦੇ ਇਹ ਬਟ ਮੇਨ ਗੱਲ ਇਹੀ ਹੈ ਜੀ ਕਿ ਵੀ ਕੈਟਾਗਰੀ ਚੇਂਜ ਇੰਨਾ ਕਿੰਨਾ ਕ ਬੱਚੇ ਹੋਣਗੇ ਜਿਹੜੇ ਕੈਟਾਗਰੀ ਚੇਂਜ ਕਰਨ ਵਾਲੇ ਬੈਠੇ ਹੋਣਗੇ ਕਿ ਇੰਨੇ ਕਿੰਨੇ ਆਪਣੇ ਗਲਤ ਕੈਟਾਗਰੀ ਭਰਤੀ ਇਹ ਪੁਆਇੰਟ ਸੋਚਣ ਵਾਲਾ ਹੈ ਜੀ ਕਿ ਹਾਂ ਜੀ ਕੈਟਾਗਰੀ ਚੇਂਜ ਦੀ ਆਪਸ਼ਨ ਦਿੱਤੀ ਹੈ ਗਵਰਨਮੈਂਟ ਨੇ ਬਟ ਇੱਕ ਗੱਲ ਹੈਗੀ ਹੈ ਜ਼ਰੂਰ ਆਬਜੈਕਸ਼ਨ ਪਾਉਣ ਲਈ ਤਾਂ ਪੈਸੇ ਮੰਗ ਲੇ ਅਬਜੈਕਸ਼ਨ ਬਾਣ ਲਈ ਤੁਹਾਡੇ ਕੋਲ 50 ਰੁਪੀਸ ਤੁਸੀਂ ਦੇਨੇ ਨੇ ਬਟ ਕੈਟੇਗਰੀ ਚੇਂਜ ਕਰਨ ਲਈ ਤੁਸੀਂ ਕੋਈ ਪੈਸੇ ਨਹੀਂ ਦੇਨੇ ਆ ਗੁੱਡ ਪੁਆਇੰਟ ਹੈ ਜੀ ਕਿ ਹੁਣ ਤੁਸੀਂ ਕੈਟੇਗਰੀ ਚੇਂਜ ਜੇ ਕਿਸੇ ਨੇ ਕਰਨੀ ਹੈ ਤਾਂ ਆਪਣੀ 17 ਤਰੀਕ ਤੱਕ ਕੈਟੇਗਰੀ ਚੇਂਜ ਕਰ ਸਕਦਾ ਉਸ ਤੋਂ ਬਾਅਦ 17 ਤਰੀਕ ਤੋਂ ਬਾਅਦ ਜਾ ਕੇ ਮੇਰੇ ਖਿਆਲ ਨਾਲ 18 ਤਰੀਕ ਦੇ ਕਰੀਬ ਜਾ ਕੇ ਰਿਜ਼ਲਟ ਆਊਗਾ ਇਸ ਲਈ ਬੇਟਾ ਜਿਨ੍ਹਾਂ ਨੇ ਕੈਟੇਗਰੀ ਚੇਂਜ ਕਰਨੀ ਹੈ ਜੀ ਕੈਟੇਗਰੀ ਚੇਂਜ ਦਾ ਮਤਲਬ ਹੈ एससी ਤੋਂ ਕਿਸੇ ਹੋਰ ਉਹਦੇ ਵਿੱਚ ਹੈਂਡੀਕੈਪ ਜਾਂ ਹੈਂਡੀਕੈਪ ਤੋਂ ਇਕਨੋਮਿਕਲੀ ਵੀਕਰ ਸੈਕਸ਼ਨ ਆਦੀ ਦੇ ਵਿੱਚ ਕਰਨਾ ਹੈ ਉਹ ਕਰ ਸਕਦਾ ਹੈ ਬਟ ਇੱਕ ਗੱਲ ਧਿਆਨ ਰੱਖਣਾ ਸਭ ਤੋਂ ਪਹਿਲਾਂ ਜਿਹੜੀ ਜਿੰਨੇ ਵੀ ਜਿਨ੍ਹਾਂ ਦੇ ਜਿਹੜੇ ਟੌਪ ਮੋਸਟ ਰੈਂਕਰ ਹੋਣਗੇ ਚਾਹ ਜਿਹੜਾ ਮਰਜੀ ਕੈਟਾਗਰੀ ਚ ਹੋਵੇ ਉਹਨੇ ਜਨਰਲ ਕੈਟਾਗਰੀ ਚ ਕਨਸੀਡਰ ਹੋਣਾ ਹੈ ਜਿਹੜੇ ਟੌਪ ਮੋਸਟ ਰੈਂਕਰਸ ਨੇ ਹਾਂ ਬਟ ਜੇ ਉਹਨੇ ਟੀਟੀ ਦਾ ਮੈਨੀਫੈਟ ਲਿੱਤਾ ਹੈ ਟੀਟੀ ਚ ਰਿਜ਼ਰਵੇਸ਼ਨ ਦਾ ਬੈਨੀਫਿਟ ਲਿੱਤਾ ਤਾਂ ਉਹ ਹੋਰ ਰਿਜ਼ਰਵ ਕੈਟਾਗਰੀ ਚ ਕਨਸੀਡਰ ਹੋਊਗਾ ਬਾਕੀ ਚਾਹੇ ਇੱਕ ਸਪੋਰਟਸ ਪਰਸਨ ਹੈ ਚਾਹੇ ਉਹਦਾ ਉਹਨੇ ਸਪੋਰਟਸ ਕੈਟਾਗਰੀ ਚ ਅਪਲਾਈ ਕੀਤਾ ਬਟ ਪਹਿਲਾਂ ਉਹਨੇ ਜਨਰਲ ਕੈਟਾਗਰੀ ਚ ਅਨਸੀਟਰ ਹੋਣਾ ਹੈ ਠੀਕ ਹੈ ਜੀ ਇਹ ਧਿਆਨ ਰੱਖਣਾ ਹੈ ਇਹ ਨਹੀਂ ਸੋchna ਕਿ ਜਨਰਲ ਕੈਟਾਗਰੀ ਦੀਆਂ ਹਾਂਜੀ ਮੰਨ ਲਓ 70 ਪੋਸਟਾਂ ਹਨ 70 ਚ ਅੱਧੇ ਤੋਂ ਵੱਧ ਤਾਂ ਰਿਜ਼ਰਵ ਕੈਟਾਗਰੀ ਵਾਲੇ ਆਗੇ ਜਨਰਲ ਮਤਲਬ ਓਪਨ ਕੈਟਾਗਰੀ ਹੈ ਇਹ ਚ ਸਾਰੇ ਬੱਚੇ ਆ ਸਕਦੇ ਨੇ ਬਟ ਐਸਸੀ ਦੇ ਵਿੱਚ ਇਕੱਲੇ ਐਸਸੀ ਹੋਣਗੇ ਬੀਸੀ ਚ ਇਕੱਲੇ ਬੀਸੀ ਹੋਣਗੇ ਐਵੇਂ ਦੂਸਰਾ ਧਿਆਨ ਰੱਖਣਾ ਹੈ ਸਪੋਰਟਸ ਕੈਟਾਗਰੀ ਦਾ ਸਪੋਰਟਸ ਕੈਟਾਗਰੀ ਦੀ ਮੈਂ ਪਹਿਲਾਂ ਵੀ ਵੀਡੀਓ ਬਣਾਈ ਹੈ ਉਹਦੇ ਵਿੱਚ ਨੰਬਰਾਂ ਦਾ ਕੋਈ ਲੈਣਾ ਦੇਣਾ ਨਹੀਂ ਜੀ ਚਾਹੇ ਕਿਸੇ ਬੱਚੇ ਦੇ 150 ਦੇ 150 ਨੰਬਰ ਹੋਣ ਇੱਕ ਬੱਚਾ ਹੈ ਜਿਹੜਾ ਬੈਠਾ ਹੋਵੇ ਜਿਹਦਾ ਇੱਕ ਨੰਬਰ ਹੋਵੇ ਤਾਂ 150 ਵਾਲਾ ਇਹ ਵੀ ਹੋ ਸਕਦਾ ਹੈ ਜੀ 150 ਵਾਲਾ ਸਿਲੈਕਟ ਹੀ ਨਾ ਹੋਵੇ 150 'ਚ 150 ਨੰਬਰ ਵਾਲਾ ਬਟ ਇੱਕ ਨੰਬਰ ਵਾਲਾ ਸਿਲੈਕਟ ਹੋ ਜੇ ਠੀਕ ਹੈ ਜੇ ਉਹ ਸਪੋਰਟਸ ਕੈਟਾਗਰੀ 150 'ਚ 150 ਨਾ ਲਾਓ 149 ਨੰਬਰ ਲਾ ਲਓ ਕਿਉਂਕਿ ਜੇ 150 'ਚ 150 ਹੋਊਗਾ ਉਹ ਤਾਂ ਜਨਰਲ ਕੈਟਾਗਰੀ ਮਤਲਬ ਕਿ ਜੇ ਜਿੰਨੇ ਮਰਜੀ ਨੰਬਰ ਹੋਣ ਸਪੋਰਟਸ ਕੈਟਾਗਰੀ ਚ ਬਟ ਜੇ ਉਹਦਾ ਇਹ ਵੀ ਹੋ ਸਕਦਾ ਕਿ ਉਹ ਸਪੋਰਟਸ ਕੈਟਾਗਰੀ ਚ ਕਨਸਿਡਰ ਹੀ ਨਾ ਹੋਵੇ ਕਿਉਂ ਕਿ ਉਹਦਾ ਜਿਹੜਾ ਡੋਮਿਸ ਹੋ ਕੀ ਨਾਮ ਹੈ ਗ੍ਰੇਡੇਸ਼ਨ ਸਰਟੀਫਿਕੇਟ ਕੀ ਆਪਤਾ ਹੈ ਜਿਹੜਾ 1 ਨੰਬਰ ਵਾਲੇ ਦਾ A ਗ੍ਰੇਡ ਬਣਿਆ ਹੋਵੇ ਤੇ ਜਿਹੜਾ 149 ਨੰਬਰ ਲਈ ਬੈਠਾ ਉਹਦਾ C ਗ੍ਰੇਡ ਬਣਿਆ ਹੋਵੇ ਤਾਂ A ਲਈ A ਇਹ ਨਹੀਂ ਸਿਲੈਕਟ ਹੋਊਗਾ ਤਾਂ ਆ ਸਿਲੈਕਟ ਹੋਣਾ ਬੰਦੇ ਨੇ ਠੀਕ ਹੈ ਬੇਟਾ ਇਟ ਮੀਨਸ ਕਹਿਣ ਦਾ ਮਤਲਬ ਹੈ ਰਿਜ਼ਰਵ ਕੈਟਾਗਰੀ ਵਾਲੇ ਜਿਹੜੇ ਬੱਚੇ ਨੇ ਉਹ ਵੀ ਜਨਰਲ ਕੈਟਾਗਰੀ ਚ ਤਾਂ ਨਹੀਂ ਆਣਗੇ ਪਹਿਲਾਂ ਇਹ ਤੁਸੀਂ ਕਦੇ ਨਹੀਂ ਆਸ ਰੱਖਣੀ ਕਿ ਹਾਂ ਜਨਰਲ ਕੈਟਾਗਰੀ ਚ ਇਕੱਲੇ ਜਨਰਲ ਕੈਟਾਗਰੀ ਵਾਲੇ ਆਣਗੇ ਉਹ ਚ ਸਾਰੇ ਆਣਗੇ ਠੀਕ ਹੈ ਆਈ ਹੋਪ ਤੁਹਾਨੂੰ ਸਾਰਾ ਕਲੀਅਰ ਹੋ ਗਿਆ ਹੋਊਗਾ ਜੇ ਫਿਰ ਵੀ ਕੋਈ ਪ੍ਰੋਬਲਮ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਮੈਸੇਜ ਕਰਕੇ ਮੈਨੂੰ ਦੱਸ ਦਿਓ ਥੈਂਕ ਯੂ